नमस्कार दोस्तों, रुपेश बंसल आरबी लाइव मीडिया में आपका स्वागत कर रहा हूं। अपने सहयोगी अनिकेत भारद्वाज के साथ अबोहर के गांव आलमगढ़ में पहुंचा हुआ हूं। यहां पर फाजिलका की डीसी श्रीमती ईशा कालिया द्वारा दौरा करके स्थिति का जायजा लिया जा रहा है। नहरों में प्रदूषित पानी के अबोहर क्षेत्र में पहुँचने की खबरों के बीच फाजिलका की डीसी श्रीमती ईशा कालिया ने आज बल्लुआणा क्षेत्र चंदनखेड़ा आलमगढ़ के गांवों का दौरा करके वाटर वर्क्स का निरीक्षण किया और स्थिति का जायजा लिया। देखिए किस प्रकार से श्रीमती ईशा कालिया द्वारा यहां पर पहुंचकर निरीक्षण किया जा रहा है, पानी के सैंपल लेकर उसकी जांच की जा रही है। उनके साथ पॉल्यूशन विभाग के अधिकारी व अबोहर की SDM पूनम सिंह भी मौजूद रही। उनके द्वारा एक प्रेस कॉन्फ्रेंस का आयोजन भी किया गया। उनके द्वारा देखिए किस प्रकार से प्रेस कॉन्फ्रेंस की जा रही है, आपको लाइव कवरेज दिखा रहे हैं। बने रहे हमारे साथ, देखते रहे हमारा चैनल। हमारे चैनल को सब्सक्राइब करना ना भूलें। ਸਾਡੇ ਜ਼ਿਲ੍ਹੇ ਦੇ ਕਿਸੇ ਵੀ ਵਾਟਰ ਵਰਕਸ ਵਿੱਚ ਮਿਕਸ ਹੋਇਆ ਹੀ ਨਹੀਂ ਹੈ, ਕਿਉਂਕਿ ਉਸਦੀ ਜਿਹੜਾ ਇਨਲੈਟ ਹੀ ਹੈ ਜਿੱਥੋਂ ਅਸੀਂ ਉਹ ਪਾਣੀ ਲੈਂਦੇ ਹਾਂ, ਉਹੀ ਅਸੀਂ ਸੈਟਰਡੇ ਮਾਰਨਿੰਗ ਬੰਦ ਕਰ ਦਿੱਤਾ ਸੀ ਤਾਂ ਕਿ ਕੋਈ ਵੀ ਕੰਟੈਮੀਨੇਸ਼ਨ ਉਸ ਗੰਦੇ ਪਾਣੀ ਦੀ ਆਪਣੇ ਵਾਟਰ ਵਰਕਸ ਦੇ ਨਾਲ ਹੋ ਬਿਲਕੁਲ ਨਾ ਹੋਏ। ਤਾਂ ਇੱਦਾਂ ਦੀ ਕੋਈ ਵੀ ਰਿਪੋਰਟ ਸਾਨੂੰ, ਬਿਕੋਜ਼ ਅਸੀਂ ਹੈਲਥ ਡਿਪਾਰਟਮੈਂਟ ਨੂੰ ਵੀ ਬਿਲਕੁਲ ਅਲਰਟ 'ਤੇ ਰੱਖਿਆ ਹੋਇਆ, ਅਸੀਂ ਕੋਈ ਵੀ ਰਿਪੋਰਟ ਪੂਰੇ ਡਿਸਟ੍ਰਿਕਟ 'ਚ ਸਾਨੂੰ ਨਹੀਂ ਆਈ ਹੈ। ਪਿੰਡ ਪਿੰਡ ਅਨਾਊਂਸਮੈਂਟਸ ਵੀ ਕੀਤੀ ਜਾ ਰਹੀ ਹੈ ਪਬਲਿਕ ਹੈਲਥ ਵੱਲੋਂ ਵੀ, ਸਾਡੇ ਰੈਵਨਿਊ ਸਟਾਫ ਵੱਲੋਂ ਵੀ, ਕਿ ਕੋਈ ਵੀ ਤਰ੍ਹਾਂ ਦੀ ਇਸ਼ੂ ਆਉਂਦੀ ਹੈ ਉਹ ਸਾਨੂੰ ਜ਼ਰੂਰ ਦੱਸਣ। ਅੱਜ ਮੈਂ 4 ਪਿੰਡਾਂ ਦਾ ਖੁਦ ਦੌਰਾ ਕੀਤਾ ਹੈ, ਉੱਥੇ ਮੈਂ ਖੁਦ ਲੋਕਾਂ ਨੂੰ ਪੁੱਛਿਆ ਕਿ ਸਾਰੇ, ਔਰ ਉਹਨਾਂ ਦੇ ਅਸੀਂ ਘਰ ਦੇ ਸੈਂਪਲ ਵੀ ਟੈਸਟ ਕੀਤੇ ਹੈ, ਸਾਰਿਆਂ ਦੇ ਘਰਾਂ ਦੇ ਪਾਣੀ ਦੇ ਸੈਂਪਲ ਬਿਲਕੁਲ ਠੀਕ ਆਏ ਹੈ। ਜਿੰਨੀ ਵੀ ਨਹਿਰਾਂ ਹੈ ਜਿਹੜੀ ਕੰਟੈਮੀਨੇਟਿਡ ਵਾਟਰ ਦੇ ਨਾਲ ਹੈ, ਉੱਥੇ SDO ਪੋਲਿਊਸ਼ਨ ਕੰਟਰੋਲ ਬੋਰਡ ਦੀ ਇੱਕ ਡਿਊਟੀ ਲਗਾਈ ਗਈ ਹੈ, ਉਹ ਸਾਰੇ ਪਾਣੀ ਦੀ ਸੈਂਪਲ ਲੈ ਰਹੇ, ਕਿਉਂਕਿ ਜਿੱਦਾਂ ਜਿੱਦਾਂ ਸਫਾਈ ਹੋਈ ਵੀ ਜਾ ਰਹੀ ਹੈ ਉੱਥੇ ਉਹ ਨਾਲ ਦੇ ਨਾਲ ਸੈਂਪਲਿੰਗ ਵੀ ਕਰ ਰਹੇ ਕਿ ਉਹ ਹੁਣ ਠੀਕ ਹੋਇਆ ਜਾ ਰਿਹਾ। ਅਤੇ ਜਿੰਨੀ ਕੋਈ ਮੱਛੀਆਂ ਵਗੈਰਾ ਡੈਡ ਜਿੰਨੇ ਵੀ ਕੁਛ ਪਾਏ ਜਾ ਰਹੇ ਨੇ, ਉਹਨਾਂ ਦੀ ਵੀ ਸਫਾਈ ਇਰੀਗੇਸ਼ਨ ਮਹਿਕਮੇ ਵੱਲੋਂ ਨਾਲ ਦੇ ਨਾਲ ਕੀਤੀ ਜਾ ਰਹੀ ਹੈ। ਤੋ ਕੱਲ੍ਹ ਤੱਕ ਸਾਡੀ ਜੋ ਸਥਿਤੀ ਹੈ ਉਹ ਕਾਫੀ ਇੰਪਰੂਵ ਹੋ ਜਾਣੀ ਚਾਹੀਏ। ਬਟ ਇਹ ਸਾਨੂੰ ਬਹੁਤ ਇਸ ਚੀਜ਼ ਦਾ ਹੈ ਕਿ ਜੋ ਪੀਣ ਦਾ ਪਾਣੀ ਹੈ ਉਸ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਕੰਟੈਮੀਨੇਸ਼ਨ ਨਹੀਂ ਹੈ। ਬਿਲਕੁਲ ਇਸ ਵਿੱਚ ਅਸੀਂ ਪਿੰਡਾਂ 'ਚ ਅਨਾਊਂਸਮੈਂਟ ਵੀ ਕਰਾਈ ਹੈ ਕਿ ਉਹ ਪਾਣੀ ਬਿਲਕੁਲ ਸੇਫ ਹੈ, ਉਸਦੀ ਸੈਂਪਲਿੰਗ ਕੀਤੀ ਜਾ ਰਹੀ ਹੈ। ਅਤੇ ਨਾਲ ਦੇ ਨਾਲ ਜੋ ਸਾਡੇ ਕਿਸੇ ਵੀ ਬੰਦੇ ਨੂੰ ਅਗਰ ਕੋਈ ਵੀ ਕਿਸੇ ਤਰੀਕੇ ਦੀ ਸਮੱਸਿਆ, ਉਹ ਕੰਸਰਨ ਐਕਸਿਨ ਪਬਲਿਕ ਹੈਲਥ ਜਾਂ SDM ਇਹਨਾਂ ਸਬ ਡਿਵੀਜ਼ਨ ਉੱਥੇ ਰਿਪੋਰਟ ਕਰ ਸਕਦਾ ਹੈ। ਇਸ ਵਿੱਚ ਸਭ ਤੋਂ ਪਹਿਲਾਂ ਤਾਂ ਕਿਉਂਕਿ ਸ਼ਨੀਵਾਰ ਨੂੰ ਸਾਨੂੰ ਇਹ ਪਤਾ ਚੱਲ ਗਿਆ ਸੀਗਾ ਸਵੇਰੇ ਕਿ ਸ਼ਾਮ ਨੂੰ ਉਹ ਜਿਹੜਾ ਕੰਟੈਮੀਨੇਟਿਡ ਵਾਟਰ ਹੈ ਇੱਥੇ ਵੀ ਪਹੁੰਚਣਾ ਸਾਡੇ ਜ਼ਿਲ੍ਹੇ 'ਚ। ਅਤੇ ਅਸੀਂ ਸਵੇਰੇ ਹੀ ਸਾਰੇ ਜਿੰਨੇ ਆਪਣੇ ਇਨਲੈਟ ਸੀ ਵਾਟਰ ਵਰਕ ਸੀ ਉਹ ਬੰਦ ਕਰਾ ਦਿੱਤੇ ਸੀ ਤਾਂ ਕਿ ਕੋਈ ਵੀ ਗੰਦਾ ਪਾਣੀ ਪੀਣ ਦੇ ਪਾਣੀ ਦੇ ਨਾਲ ਮਿਕਸ ਨਾ ਹੋ। ਤੋ ਸਭ ਤੋਂ ਪਹਿਲਾਂ ਤਾਂ ਜਿੰਨੀ ਸਾਡੇ ਵਾਟਰ ਵਰਕਸ ਹੈ ਉਹਨਾਂ ਦੇ ਜੋ ਸਟੋਰੇਜ ਟੈਂਕਸ ਹੈ ਉਹਨਾਂ ਦੀ ਸੈਂਪਲਿੰਗ ਅਸੀਂ ਕਰਵਾ ਰਹੇ ਨੇ ਹਰ ਰੋਜ਼, ਤਾਂ ਕਿ ਉਹਨਾਂ ਦਾ TDS ਵੀ ਸਾਨੂੰ ਪਤਾ ਚੱਲੇ, ਬਾਕੀ BODN ਸਾਰੇ ਜਿੰਨੇ ਦੇ ਟੈਸਟ ਉਹਨਾਂ ਦੇ ਹੁੰਦੇ ਨੇ ਉਹ ਨਾਲ ਦੇ ਨਾਲ ਕਰਾਏ ਜਾ ਰਹੇ ਨੇ, ਤਾਂ ਕਿ ਵੀ ਆਰ ਸ਼ੋਰ ਦੈਟ ਜਿਹੜਾ ਪਾਣੀ ਹੈ ਉਹ ਬਿਲਕੁਲ ਸੇਫ ਹੈ ਪੀਣ ਵਾਸਤੇ। ਤਾਂ ਉਸ ਤੋਂ ਇਲਾਵਾ ਜਿੰਨਾ ਗੰਦਾ ਪਾਣੀ ਉਸਦੀ ਪਿੱਛੇ ਤੋਂ ਸਫਾਈ ਸਟਾਰਟ ਹੋ ਚੁੱਕੀ ਹੈ, ਜਿੱਦਾਂ ਮੈਨੂੰ ਅੱਜ ਐਕਸੀਅਨ ਸਾਹਿਬ ਦੱਸ ਰਹੇ ਸੀ ਮੁਕਤਸਰ ਤੱਕ ਉਹ ਪਾਣੀ ਸਾਫ਼ ਹੋ ਗਿਆ, ਹੁਣ ਅੱਗੇ ਕੱਲ੍ਹ ਸੁਬਾਹ ਤੱਕ ਸਾਡੇ ਇੱਥੇ ਵੀ ਸਾਰੀ ਸਫਾਈ ਉਸਦੀ ਮੁਕੰਮਲ ਕਰ ਦਿੱਤੀ ਜਾਏਗੀ। ਉਸਦੇ ਬਾਅਦ ਇਹ ਪਾਣੀ ਜਿਹੜਾ ਹੈ ਉਹ ਅਸੀਂ ਦੁਬਾਰਾ ਟੈਸਟ ਕਰਾ ਕੇ ਫਿਰ ਇਸ ਨੂੰ ਵਾਟਰ ਵਰਕਸ ਵਿੱਚ ਅਲਾਊ ਕਰਾਂਗੇ।